फैसलों नूं लैके कई तरह के किंतु परंतु लोगों नूं सुन नूं ते देखण नूं मिल रहे ने। ये बहुत मंदभागी गल है कि जिहड़ा भी फैसला सिंघ सभान लै रहे ने ਅਤੇ ਸਿੰਘ ਸਭਾਨ ਪਰੰਪਰਾ ਨੂੰ ਮੁੱਖ ਰੱਖਦੇ ਹੋਏ ਸਿਧਾਂਤ ਤੇ ਪਹਿਰਾ ਦਿੰਦੇ ਹੋਏ ਜੋ ਆਪਣੇ ਅਸੂਲ ਨੇ ਅਕਾਲ ਤਖ਼ਤ ਸਾਹਿਬ ਦਾ ਵਿਧੀ ਵਿਧਾਨ ਆ ਉਹਦੇ ਮੁਤਾਬਕ ਫੈਸਲੇ ਲੈ ਰਹੇ ਨੇ ਤੇ ਸਿੱਖ ਸੰਗਤ ਇਸ ਗੱਲ ਨੂੰ ਬੜਾ ਵਧੀਆ ਢੰਗ ਨਾਲ ਪ੍ਰਵਾਨ ਕਰ ਰਹੀ ਹੈ। ਲੇਕਿਨ ਕਈ ਅਕਾਲੀ ਦਲ ਦੇ ਲੀਡਰ ਉਹਨਾਂ ਫੈਸਲਿਆਂ ਨੂੰ ਲੈ ਕੇ ਕਿੰਤੂ ਪਰੰਤੂ ਕਰ ਰਹੇ ਨੇ ਤੇ ਬੜੀਆਂ ਘਟੀਆ ਤੇ ਨੀਵੀਆਂ ਟਿੱਪਣੀਆਂ ਹੋ ਰਹੀਆਂ ਨੇ। ਅਕਸਰ ਇਹ ਗੱਲ ਕਦੀ ਦੇਖਣ ਨੂੰ ਮਿਲੀ ਨਹੀਂ ਕਿ ਪਿਛਲੇ ਸਮਿਆਂ ਚ ਸਿੰਘ ਸਭਾਨ ਉੱਪਰ ਇੱਦਾਂ ਦਾ ਦਬਾਅ ਪਾਇਆ ਗਿਆ ਹੋਵੇ। ਇੱਕ ਪਾਸੇ ਤਾਂ ਸ਼੍ਰੋਮਣੀ ਅਕਾਲੀ ਦਲ ਦੀ ਲੀਡਰਸ਼ਿਪ ਸਿੰਘ ਸਭਾਨ ਤੇ ਆਪਣਾ ਅਸਰ ਸੂਕ ਵਰਤ ਕੇ ਤੇ ਉਹ ਚਾਹੁੰਦੀ ਹੈ ਕਿ ਫੈਸਲਾ ਸਾਡੇ ਮੁਤਾਬਕ ਹੋਵੇ ਤੇ ਦੂਸਰੇ ਪਾਸੇ ਉਹਨਾਂ ਦੀ ਪਾਰਟੀ ਦੇ ਲੀਡਰ ਉਹ ਬਾਰ ਬਾਰ ਸਿੰਘ ਸਭਾਨ ਦੇ ਅਕਸ ਨੂੰ ਵਿਗਾੜਨ ਦੀ ਕੋਸ਼ਿਸ਼ ਕਰਦੇ ਨਜ਼ਰ ਆ ਰਹੇ ਨੇ ਤੇ ਉਹਨਾਂ ਦੀ ਕਿਰਦਾਰਕੁਸ਼ੀ ਵੀ ਕਰਨ ਦੇ ਯਤਨ ਬਹੁਤ ਵਾਰੀ ਹੋਏ ਨੇ। ਇਹ ਵਿਰਸਾ ਸਿੰਘ ਬਲਟੋਆ ਨੇ, ਹਰਵਿੰਦਰ ਸਿੰਘ ਸਰਨਾ ਨੇ, ਇਹ ਜੋ ਵੀ ਇਹ ਪਿਛਲੇ ਦਿਨਾਂ ਚ ਮੀਡੀਆ ਚ ਗੱਲ ਆਖੀ ਆ ਆਪਣੇ ਸਾਰਿਆਂ ਦੇ ਸਾਹਮਣੇ ਆ। ਲੇਕਿਨ ਇਸ ਗੱਲ ਨੂੰ ਸਿੱਖ ਸੰਗਤ ਪ੍ਰਵਾਨ ਨਹੀਂ ਕਰਦੀ ਤੇ ਇਹਨਾਂ ਨੂੰ ਕੋਈ ਅਧਿਕਾਰ ਨਹੀਂ ਸਿੰਘ ਸਭਾਨ ਦੇ ਫੈਸਲੇ ਤੇ ਕਿੰਤੂ ਪਰੰਤੂ ਕਰਨਾ ਜਾਂ ਉਹਨਾਂ ਬਾਰੇ ਘਟੀਆ ਸ਼ਬਦਾਵਲੀ ਵਰਤਣੀ। ਦੇਖਣ ਨੂੰ ਇਹ ਲੱਗਦਾ ਕਿ ਸ਼੍ਰੋਮਣੀ ਅਕਾਲੀ ਦਲ ਦੋ ਧਾਰੀ ਤਲਵਾਰ ਵਾਂਗੂ ਕੰਮ ਕਰ ਰਿਹਾ। ਕਈ ਤਰ੍ਹਾਂ ਦੇ ਵਿਚਾਰ ਸੰਗਤਾਂ ਦੇ ਮਨਾਂ ਚ ਆਉਂਦੇ ਆ ਕਿ ਕਿਤੇ ਇਹ ਪੁਰਾਣਾ ਜੋ ਵਰਤਾਂਤ ਵਾਪਰਿਆ ਸੀ ਉਹ ਦੁਬਾਰਾ ਤਾਂ ਨਹੀਂ ਸਿਰਜਿਆ ਜਾ ਰਿਹਾ। ਲੇਕਿਨ ਅਸੀਂ ਇਹ ਦੱਸਣਾ ਚਾਹੁੰਦੇ ਹਾਂ ਸਾਰੀਆਂ ਸੰਗਤਾਂ ਨੂੰ, ਸ਼੍ਰੋਮਣੀ ਅਕਾਲੀ ਦਲ ਦੇ ਸਾਰੇ ਲੀਡਰਾਂ ਨੂੰ, ਪੰਥ ਦਰਦੀਆਂ ਨੂੰ, ਪੰਥ ਦੇ ਹਿਤੈਸ਼ੀਆਂ ਨੂੰ ਕਿ ਜਿਹੜਾ ਫੈਸਲਾ ਸਿੰਘ ਸਭਾਨ ਨੇ ਸਿੱਖ ਪਰੰਪਰਾਵਾਂ ਅਤੇ ਆਸ਼ਾਵਾਂ ਦੇ ਮੁਤਾਬਕ ਲੈਣਾ ਹੈ ਉਹ ਸਮੁੱਚੇ ਪੰਥ ਨੂੰ ਪ੍ਰਵਾਨ ਹੋਣਾ ਹੈ। ਅਗਰ ਸ਼੍ਰੋਮਣੀ ਅਕਾਲੀ ਦਲ ਦੀ ਲੀਡਰਸ਼ਿਪ ਵਿੱਚ ਕੋਈ ਇਸ ਤਰ੍ਹਾਂ ਦਾ ਭੁਲੇਖਾ ਹੈ, ਭਰਮ ਹੈ ਕਿ ਉਹ ਆਪਣੇ ਮੁਤਾਬਕ ਕੋਈ ਫੈਸਲਾ ਕਰਾਉਣਾ ਚਾਹੁੰਦੇ ਨੇ ਤੇ ਉਸ ਫੈਸਲੇ ਨੂੰ ਜਾਂ ਉਸ ਵਿਚਾਰ ਨੂੰ ਕਦੀ ਵੀ ਪੰਥ ਨੇ ਪ੍ਰਵਾਨ ਨਹੀਂ ਕਰਨਾ। ਸਹੀ ਫੈਸਲੇ ਦੇ ਨਾਲ ਅਕਾਲੀ ਦਲ ਵੀ ਇਸ ਸੰਕਟ ਚੋਂ ਨਿਕਲ ਸਕੇਗਾ। ਨਾਲ ਨਾਲ ਇਹ ਵੀ ਬੜੀ ਹੈਰਾਨੀ ਹੁੰਦੀ ਆ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜੈਦਰ ਹਰਜਿੰਦਰ ਸਿੰਘ ਧਾਮੀ ਸਾਹਿਬ, ਜਿਨ੍ਹਾਂ ਦਾ ਬੜਾ ਸਤਿਕਾਰ ਆ ਸਿੱਖ ਪੰਥ ਵਿੱਚ, ਜਦੋਂ ਵੀ ਸਿੰਘ ਸਭਾਨ ਤੇ ਕਿਸੇ ਤਰੀਕੇ ਦੇ ਨਾਲ ਕੋਈ ਦਬਾਅ ਪਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਆ ਜਾਂ ਉਹਨਾਂ ਤੇ ਕੋਈ ਸ਼ਬਦਾਂ ਰਾਹੀਂ ਹਮਲਾ ਕੀਤਾ ਜਾਂਦਾ ਹੈ ਜਾਂ ਉਹਨਾਂ ਬਾਰੇ ਮਾੜੇ ਸ਼ਬਦ ਕਹਿ ਜਾਂਦੇ ਆ ਤੇ ਅਕਸਰ ਇਹ ਸੰਸਥਾ ਦੇ ਮੁਖੀ ਜੈਦਰ ਧਾਮੀ ਸਾਹਿਬ ਹਨ ਤੇ ਸਾਨੂੰ ਇਹ ਸਮਝ ਨਹੀਂ ਆਈ ਕਿ ਧਾਮੀ ਸਾਹਿਬ ਦੀ ਕੀ ਮਜਬੂਰੀ ਆ। ਧਾਮੀ ਸਾਹਿਬ ਕਿਉਂ ਨਹੀਂ ਆਪਣਾ ਜਿਹੜਾ ਉਹਨਾਂ ਦਾ ਰੋਲ ਬਣਦਾ ਉਹਨੂੰ ਕਿਉਂ ਨਹੀਂ ਨਿਭਾ ਰਹੇ? ਜੋ ਸਿੰਘ ਸਭਾਨਾਂ ਦਾ ਸਤਿਕਾਰ ਆ ਉਹ ਸਦਾ ਹੀ ਬਹਾਲ ਰਹਿਣਾ ਚਾਹੀਦਾ, ਉਹ ਤੇ ਕਦੇ ਵੀ ਕੋਈ ਉਹਨੂੰ ਕੋਈ ਢਾਹ ਨਹੀਂ ਲੱਗਣੀ ਚਾਹੀਦੀ। ਬੜੇ ਸੰਕਟ ਆਉਂਦੇ ਨੇ ਕੌਮਾਂ ਦੇ ਇਤਿਹਾਸ ਵਿੱਚ, ਬੜੇ ਉਤਰਾਅ ਚੜਾਅ ਆਉਂਦੇ ਨੇ, ਇਹ ਤਾਂ ਲੰਘ ਜਾਣੇ ਨੇ ਸਮੇਂ, ਪਰ ਲੋਕਾਂ ਨੇ ਗੱਲ ਯਾਦ ਰੱਖਣੀ ਆ ਜਿਹੜੀ ਗੱਲ ਆਪਣੀ ਸਿਧਾਂਤ ਦੇ ਉਲਟ ਹੋਈ, ਜਿਹੜਾ ਅਸੂਲਾਂ ਦੇ ਵਿਰੁੱਧ ਚੱਲਿਆ, ਜਿਹਨੇ ਆਪਣੀ ਵਿਚਾਰਧਾਰਾ ਨੂੰ ਢਾਹ ਲਾਈ। ਸੋ ਇਸ ਕਰਕੇ ਅਸੀਂ
ਇਹ ਸੰਗਤਾਂ ਨੂੰ ਦੱਸਣਾ ਚਾਹੁੰਦੇ ਹਾਂ ਕਿ ਕੋਈ ਵੀ ਲੀਡਰ ਕੋਈ ਪੰਥ ਦਰਦੀ ਕਦੀ ਇਹ ਨਹੀਂ ਸੋਚੂਗਾ ਕਿ ਅਸੀਂ ਸਿੰਘ ਸਭਾਨਾ ਤੇ ਦਬਾਅ ਪਾ ਕੇ ਤੇ ਅਸੀਂ ਇਹ ਫੈਸਲਾ ਆਪਣੇ ਮੁਤਾਬਕ ਕਰਾ ਸਕਾਂਗੇ। ਇਹ ਤਾਂ ਉਹਨਾਂ ਦਾ ਆਪਣਾ ਅਧਿਕਾਰ ਖੇਤਰ ਆ, ਉਹਨਾਂ ਦੀ ਆਪਣੀ ਸਰਵ ਉੱਚਤਾ ਆ, ਉਹਨਾਂ ਦਾ ਆਪਣਾ ਸਤਿਕਾਰ ਆ ਜਿਹੜਾ ਹੋਰ ਉੱਚਾ ਹੋਣਾ ਚਾਹੀਦਾ ਉਹਨਾਂ ਦੇ ਫੈਸਲਿਆਂ ਦੇ ਨਾਲ। ਜਾਂ ਜਿਵੇਂ ਸਿੰਘ ਸਾਹਿਬ ਗਿਆਨੀ ਰਘਵੀਰ ਸਿੰਘ ਜੀ ਨੇ ਬੰਦੀ ਛੋੜ ਦਿਵਸ ਉੱਪਰ ਜੋ ਆਦੇਸ਼ ਸਿੱਖ ਪੰਥ ਨੂੰ ਦਿੱਤਾ ਸੀਗਾ, ਉਸ ਨੂੰ ਸਮੂਹ ਸੰਗਤਾਂ ਨੇ, ਸਾਰੇ ਸਿੱਖ ਜਗਤ ਨੇ, ਪੰਜਾਬੀਆਂ ਨੇ ਬਹੁਤ ਵਡਿਆਇਆ ਤੇ ਉਹਨਾਂ ਨੇ ਜਿਹੜੀ ਭਾਵਨਾ ਸੀ ਸਿੱਖਾਂ ਦੇ ਮਨਾਂ ਚ ਉਹਨੂੰ ਉਜਾਗਰ ਕੀਤਾ ਤੇ ਉਹਨਾਂ ਨੇ ਜਿਹੜਾ ਜਜ਼ਬਾਤ ਆ ਸਿੱਖ ਪੰਥ ਦੇ ਹਿਰਦੇ ਵਿੱਚ ਉਸ ਨੂੰ ਹੋਰ ਉਹਨਾਂ ਨੇ ਪ੍ਰਬਲ ਕੀਤਾ, ਮਜ਼ਬੂਤ ਕੀਤਾ। ਸੋ ਇਸ ਕਰਕੇ ਕਿਸੇ ਲੀਡਰ ਨੂੰ, ਕਿਸੇ ਵਿਅਕਤੀ ਨੂੰ ਸਿੰਘ ਸਮਾਨਾਂ ਦੇ ਉੱਪਰ ਕਦੀ ਵੀ ਕੋਈ ਦਬਾਅ ਨਹੀਂ ਪਾਉਣਾ ਚਾਹੀਦਾ, ਨਾ ਉਹ ਦਬਾਅ ਚੱਲਣਗੇ ਤੇ ਜਿਹੜਾ ਫੈਸਲਾ ਸਿੰਘ ਸਮਾਨ ਕਰਦੇ ਨੇ ਉਹ ਆਪਾਂ ਸਭ ਨੂੰ ਮਨਜ਼ੂਰ ਹੋਊਗਾ। ਤੇ ਜੇ ਜਿਹੜੀ ਪ੍ਰਕਿਰਿਆ ਸਿੰਘ ਸਮਾਨ ਨੇ ਸ਼ੁਰੂ ਕੀਤੀ ਆ ਵਿਦਵਾਨਾਂ ਨੂੰ ਸੱਦਣ ਲਈ, ਇਤਿਹਾਸਕਾਰਾਂ ਦੀ ਰਾਇ ਲੈਣ ਵਾਸਤੇ ਜਾਂ ਕੋਈ ਬੁੱਧੀਜੀਵੀਆਂ ਦੇ ਸੁਝਾਅ ਲੈਣ ਵਾਸਤੇ, ਅਗਰ ਆਪਾਂ ਉਹਤੇ ਵੀ ਉਂਗਲ ਚੱਕਦੇ ਹਾਂ ਤੇ ਇਸ ਤੋਂ ਕੋਈ ਘਨੌਣੀ ਇਸ ਤੋਂ ਕੋਈ ਘਟੀਆ ਹਰਕਤ ਨਹੀਂ ਹੋ ਸਕਦੀ। ਇਹ ਸਾਰੀਆਂ ਗੱਲਾਂ ਸ਼੍ਰੋਮਣੀ ਅਕਾਲੀ ਦਲ ਦੀ ਲੀਡਰਸ਼ਿਪ ਨੂੰ ਆਪਣੇ ਧਿਆਨ ਵਿੱਚ ਰੱਖਣੀਆਂ ਚਾਹੀਦੀਆਂ। ਇਹ ਗੱਲਾਂ ਸਾਰੀਆਂ ਸੰਗਤਾਂ ਦੇਖ ਰਹੀਆਂ ਨੇ ਤੇ ਸੰਗਤ ਨੇ ਪ੍ਰਵਾਹ ਨਹੀਂ ਕਰਨਾ ਤੁਹਾਡੇ ਇਦਾਂ ਦੇ ਕਾਰਨਾਮਿਆਂ ਨੂੰ, ਪਰ ਅਸੀਂ ਚਾਹੁੰਦੇ ਹਾਂ ਕਿ ਅਕਾਲ ਤਖ਼ਤ ਸਾਹਿਬ ਤੋਂ ਜਿਹੜੇ ਫੈਸਲੇ ਆਉਣ, ਸਾਰਾ ਸਿੱਖ ਪੰਥ ਇਕੱਠਾ ਹੋਵੇ ਤੇ ਉਦਾਂ ਦੀ ਲੀਡਰਸ਼ਿਪ ਮੋਹਰੇ ਆਵੇ ਜਿਹਨੂੰ ਸਾਰਾ ਸਿੱਖ ਪੰਥ ਪ੍ਰਵਾਨ ਕਰੇ, ਤਾਂ ਕਿ ਆਪਣੀ ਸ਼ਕਤੀ ਆਪਾਂ ਕੇਂਦਰਿਤ ਕਰਕੇ ਤੇ ਪੰਥ ਦੇ ਵਿਰੋਧੀਆਂ ਦਾ ਮੁਕਾਬਲਾ ਕਰ ਸਕੀਏ। ਜਿਵੇਂ ਵੀ ਆਪਣੇ ਦੇਸ਼ ਵਿੱਚ ਜਾਂ ਵਿਦੇਸ਼ਾਂ ਵਿੱਚ ਜਿਹੜੀਆਂ ਸਾਜ਼ਿਸ਼ਾਂ ਰਚੀਆਂ ਜਾ ਰਹੀਆਂ ਨੇ ਆਪਾਂ ਨੂੰ ਬਦਨਾਮ ਕਰਨ ਵਾਸਤੇ, ਆਪਣੇ ਅਕਸ ਤੇ ਤਬਾਹ ਲਾਉਣ ਵਾਸਤੇ, ਆਪਾਂ ਸਭ ਨੂੰ ਰਲ ਮਿਲ ਕੇ ਉਹਦਾ ਮੁਕਾਬਲਾ ਕਰਨਾ ਚਾਹੀਦਾ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਿੰਘ ਸਾਹਿਬਾਨਾਂ ਦੇ ਫੈਸਲਿਆਂ ਨੂੰ ਲੈ ਕੇ ਕਈ ਤਰ੍ਹਾਂ ਦੇ ਕਿੰਤੂ ਪਰੰਤੂ ਲੋਕਾਂ ਨੂੰ ਸੁਣਨ ਨੂੰ ਤੇ ਦੇਖਣ ਨੂੰ ਮਿਲ ਰਹੇ ਨੇ।